ਸਾਡੀ ਗੁਰਬਾਣੀ ਨੇ ਔਰ ਭਾਰਤ ਦੀ ਆਦਿ ਗਿਆਨ ਜੋ ਵੇਦਾਂ ਦਾ ਹੈ ਤਿੰਨ ਪ੍ਰਕਾਰ ਦੇ ਦੋਸ਼ ਮੰਨੇ ਨੇ ਮਲ ਵਿਕਸ਼ੇਪ ਤੇ ਅਵਰਣ। ਜਦੋਂ ਵੀ ਕੋਈ ਅਧਿਆਤਮ ਦੇ ਰਸਤੇ ਤੇ ਤੁਰਦਾ ਹੈ ਜਿੰਨਾ ਚਿਰ ਤੱਕ ਇਹਨਾਂ ਤਿੰਨਾਂ ਰੋਗਾਂ ਤੋਂ ਮੁਕਤ ਨਹੀਂ ਹੁੰਦਾ ਉਹਨਾਂ ਚਿਰ ਤੱਕ ਪਰਮਾਤਮਾ ਦੇ ਨਾਲ ਮਿਲਾਪ ਨਹੀਂ। ਇਹਨਾਂ ਸਾਰਿਆਂ ਵਿੱਚੋਂ ਸਭ ਤੋਂ ਪਹਿਲੀ ਸਟੇਜ ਜੋ ਮਲ ਦੀ ਹੈ ਇਹਦਾ ਸੌਖਾ ਜਿਹਾ ਅਰਥ ਮੈਂ ਤੁਹਾਨੂੰ ਦੱਸ ਦਿੰਦਾ। ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ ਜਦੋਂ ਵੀ ਉਪਦੇਸ਼ ਕਰਦੇ ਨੇ ਤੁਸੀਂ ਬਹੁਤ ਵਾਰੀ ਸੁਣਿਆ ਹੋਵੇਗਾ ਕਿ ਜਦੋਂ ਨਾਮ ਸਿਮਰਨ ਕਰਦੇ ਹੋ ਘੱਟੋ ਘੱਟ ਉਸ ਵਕਤ ਆਪਣੇ ਮਨ ਵਿੱਚੋਂ ਕਿਸੇ ਪ੍ਰਤੀ ਈਰਖਾ ਦਵੈਤ ਕੱਢ ਕੇ ਕਰੋ। ਇਹ ਹੈ ਮਲ ਦੋਸ਼ ਦਾ ਨਾਸ ਹੋਣਾ ਔਰ ਇਹ ਪਹਿਲੀ ਸਟੇਜ ਹੈ। ਇਹਨੂੰ ਅਗਲੀਆਂ ਦੇ ਦੋ ਸਟੇਜਾਂ ਹੋਰ ਨੇ। ਪਹਿਲੀ ਅਰਜ਼ ਸਾਧ ਸੰਗਤ ਵਿੱਚ ਆ ਕੇ ਆਪਾਂ ਯਤਨ ਕਰੀਏ ਜਿੰਨਾ ਚਿਰ ਤੱਕ ਇੱਥੇ ਬੈਠਣਾ ਕਾਰ ਵਿਹਾਰ ਕਰਦਿਆਂ ਗੱਲ ਵੱਖਰੀ ਹੈ ਉਹਨਾਂ ਚਿਰ ਤੱਕ ਸਾਡੇ ਅੰਦਰੋਂ ਕਿਸੇ ਦੇ ਪ੍ਰਤੀ ਬੁਰੀ ਸੋਚਣੀ ਜਿਹੜੀ ਹੈ ਉਹ ਨਾ ਆਵੇ। ਇਹ ਪਹਿਲੀ ਸਟੇਜ ਹੈ। ਅੱਜ ਦੋ ਗੱਲਾਂ ਮੇਰੇ ਸਾਹਮਣੇ ਨੇ। ਇੱਕ ਤੇ ਅੱਜ ਦਾ ਮੇਲਾ ਸੰਤ ਸੁਖਦੇਵ ਸਿੰਘ ਹੋਣਾ ਦੀ ਯਾਦ ਵਿੱਚ ਹੈ। ਤੁਸੀਂ ਸਾਰਿਆਂ ਨੇ ਦਰਸ਼ਨ ਕੀਤਾ ਉਹਨਾਂ ਦਾ। ਲੰਮਾ ਸਮਾਂ ਇੱਥੇ ਸੰਗਤ ਵਿੱਚ ਸਾਡੇ ਵਿਚਰਦੇ ਰਹੇ ਸੰਤ ਮਹਿੰਦਰ ਸਿੰਘ ਹੋਣਾ ਦੇ ਸਪੁੱਤਰ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਜੇ ਕਿਸੇ ਤਿੰਨ ਚਾਰ ਸ਼ਖਸੀਅਤਾਂ ਨੂੰ ਸੰਤ ਸਰੂਪ ਮੰਨਦਾ ਉਹਨਾਂ ਵਿੱਚੋਂ ਇੱਕ ਸੰਤ ਸੁਖਦੇਵ ਸਿੰਘ ਜੀ ਨੇ ਜਿਨ੍ਹਾਂ ਦੇ ਨਾਲ ਰਹਿ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ। ਹਾਲਾਂਕਿ ਤੁਸੀਂ ਸਾਰੇ ਇੱਥੇ ਅਸੀਂ ਵੇਖਦੇ ਰਹੇ ਹਾਂ ਉਹਨਾਂ ਦਾ ਭਜਨ ਔਰ ਨਾਮ ਸਿਮਰਨ ਪ੍ਰਤੀ ਲਗਾਵ ਬਹੁਤ ਜ਼ਿਆਦਾ ਸੀ। ਚਾਹੇ ਸ਼ਾਮ ਦਾ ਨਿਤਨੇਮ ਹੈ ਚਾਹੇ ਸਵੇਰ ਦਾ ਹੈ ਸਾਰਿਆਂ ਤੋਂ ਪਹਿਲਾਂ ਸ਼ਾਇਦ ਉਹੀ ਆਉਂਦੇ ਸਨ। ਇਹ ਉਹਨਾਂ ਦਾ ਨਿਯਮ ਸੀ। ਆਪਣੇ ਜੀਵਨ ਦੇ ਵਿੱਚ ਨਾਮ ਦੇ ਰਸ ਨੂੰ ਇਸ ਤਰ੍ਹਾਂ ਢਾਲਿਆ ਰਾਰਾ ਰਸ ਨਿਰਸ ਕਰ ਜਾਣਿਆ ਹੋਏ ਨਿਰਸ ਸੋ ਰਸ ਪਹਿਚਾਨਿਆ ਇਹ ਰਸ ਉਹ ਰਸ ਛਾਡੇ ਇਹ ਰਸ ਛਾਡੇ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨਹੀਂ ਭਾਵਾ। ਜਿਨ੍ਹਾਂ ਨੂੰ ਰਾਮ ਦੇ ਨਾਮ ਦਾ ਰਸ ਆ ਗਿਆ ਫਿਰ ਸੰਸਾਰ ਦੇ ਜਿਤਨੇ ਰਸ ਨੇ ਉਹ ਫਿੱਕੇ ਲੱਗਣ ਲੱਗਦੇ ਨੇ। ਇਹ ਗੱਲ ਆਖਣੀ ਸੌਖੀ ਹੈ। ਅਸੀਂ ਜਿੰਨੇ ਇੱਥੇ ਬੈਠੇ ਹਾਂ ਸਾਡੇ ਕੋਲੋਂ ਰਸ ਛੱਡੇ ਨਹੀਂ ਜਾਂਦੇ। 6 ਵਜਣ ਤੋਂ ਕਿਤੇ 1 ਮਿੰਟ ਤਾਂ ਹੋ ਜਾਵੇ ਟਾਈਮ ਤੇ ਸਾਨੂੰ ਹੋਰ ਪੈਣ ਲੱਗ ਪੈਂਦਾ ਵੀ ਹਾਏ ਲੰਗਰ ਦਾ ਟਾਈਮ ਹੋ ਗਿਆ ਛੇਤੀ। ਅਸੀਂ ਲੰਗਰ ਦਾ ਰਸ ਨਹੀਂ ਛੱਡ ਸਕਦੇ। ਦੁਨੀਆਂ ਦੇ ਮਾਇਆ ਦੇ ਰਸ ਛੱਡਣੇ ਤੇ ਬਹੁਤ ਔਖੀ ਗੱਲ ਹੈ ਪਰ ਉਹਨਾਂ ਨੂੰ ਵੇਖਿਆ ਕਿ ਸੰਸਾਰ ਦੀਆਂ ਰਸਾਂ ਕਸਾਂ ਦਾ ਤਿਆਗ ਉਹਨਾਂ ਨੇ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਸਮੇਂ ਸਮੇਂ ਸਿਰ ਕੀਤਾ। ਜਿਹਦੇ ਵਿੱਚੋਂ ਖਾਸ ਕਰਕੇ ਲੰਮਾ ਸਮਾਂ ਉਹ ਇੰਡੀਆ ਤੋਂ ਬਾਹਰ ਵੀ ਜਾ ਕੇ ਨੌਕਰੀ ਕਰਦੇ ਰਹੇ ਵਿਦੇਸ਼ ਵਿੱਚ ਜਾ ਕੇ ਵੀ ਕੰਮ ਕਰਦੇ ਰਹੇ ਪਰ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਹੁਕਮ ਕੀਤਾ ਵੀ ਸੁਖਦੇਵ ਅੱਜ ਤੋਂ ਲੈ ਕੇ ਤੂੰ ਪੈਸੇ ਕਮਾਉਣ ਵਾਸਤੇ ਨੌਕਰੀ ਨਹੀਂ ਕਰਨੀ। ਸੰਤਾਂ ਅੱਜ ਕੀਤੀ ਜੀ ਸੱਚੇ ਪਾਤਸ਼ਾਹ ਖਰਚੇ ਕਿਸ ਤਰ੍ਹਾਂ ਚੱਲਣਗੇ। ਸਤਿਗੁਰੂ ਜਗਜੀਤ ਸਿੰਘ ਜੀ ਹੁਕਮ ਕੀਤਾ ਵਾ ਕੀਤਾ ਕਿ ਤੇਰੇ ਸਾਰੇ ਕੰਮ ਮੈਂ ਕਰਾਂਗਾ ਤੂੰ ਪੈਸੇ ਕਮਾਉਣ ਲਈ ਨਹੀਂ ਜਾਣਾ। ਚੇਤਾ ਰੱਖਿਓ ਸਾਨੂੰ ਜੇ ਹੁਕਮ ਹੋ ਜਾਵੇ ਤੇ ਅਸੀਂ ਵੀ 100 ਨਹੀਂ 1000 ਵਾਰੀ ਸੋਚਾਂਗੇ ਮੇਰੇ ਬੱਚੇ ਕਿੱਦਾਂ ਪਲਣਗੇ ਮੇਰਾ ਪਰਿਵਾਰ ਕਿੱਦਾਂ ਪਲੇਗਾ। ਉਸ ਤੋਂ ਬਾਅਦ ਉਹਨਾਂ ਨੇ ਇੱਕ ਕਦਮ ਵੀ ਕਦੀ ਇਸ ਪੱਖ ਵੱਲ ਨਹੀਂ ਪੁੱਟਿਆ ਵੀ ਮੈਂ ਮਾਇਆ ਦੇ ਪਿੱਛੇ ਦੌੜਨਾ। ਚੇਤਾ ਰੱਖਣਾ ਮਾਇਆ ਤਿਆਗਣੀ ਬਹੁਤ ਔਖੀ ਹੈ। ਮੋਹਨੀ ਮੋਹ ਲੀਏ ਤ੍ਰੈ ਗੁਣੀਆਂ ਲੋਭ ਵਿਆਪੀ ਝੂਠੀ ਦੁਨੀਆ। ਪਾਤਸ਼ਾਹ ਪ੍ਰਮਾਣ ਕਰਦੇ ਨੇ ਕੇਵਲ ਇਸ ਲੋਕ ਦੀ ਗੱਲ ਨਹੀਂ ਇਸ ਮਾਇਆ ਨੇ ਤਿੰਨੇ ਲੋਕ ਜਿਹੜੇ ਨੇ ਉਹ ਮੋਹ ਕੇ ਰੱਖੇ ਹੋਏ ਨੇ ਕੋਈ ਛੁੱਟ ਨਹੀਂ ਸਕਿਆ। ਬ੍ਰਹਮਾ ਵਿਸ਼ਨੂੰ ਮਹੇਸ਼ ਨਹੀਂ ਛੁੱਟ ਸਕੇ ਇਸ ਮਾਇਆ ਦੇ ਮੋਹ ਦੇ ਬੰਧਨ ਤੋਂ। ਚੇਤਾ ਰੱਖਿਓ ਨਹੀਂ ਛੁੱਟ ਸਕੇ ਉਹ ਵੀ ਪਰ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਉਹਨਾਂ ਨੇ ਯਤਨ ਕੀਤਾ ਆਪਣੇ ਜੀਵਨ ਵਿੱਚ ਸਤਿਗੁਰਾਂ ਦਾ ਇਹ ਬਚਨ ਕਮਾਇਆ। ਅੱਜ 29 ਭਾਦਰੋਂ ਹੈ। ਮਾਤਾ ਭੁਪਿੰਦਰ ਕੌਰ ਜੀ ਅੱਜ ਦੇ ਦਿਨ ਜੋਤੀ ਜੋਤ ਸਮਾਏ ਸਨ। ਮਾਤਾ ਭੁਪਿੰਦਰ ਕੌਰ ਜੀ ਦਾ ਬਹੁਤ
थोड़ा जा समा लगभग 10 साल समा ओ नामधारी पंथ दे अंदर सतगुरु प्रताप सिंह सच्चे पातशाह जी दी अर्धांगनी दे तौर ते सेवा कीती। उन्होंने 10 साल दा समा मिलिया। माया दी माया नूं त्यागण दी मैं गल दसा, जप प्रयोग ही चल रहा सी। सतगुरु प्रताप सिंह सच्चे पातशाह किसे कारण बस कोई जरूरी रुझेवे करके जाना पिया, बाहर गए सन, लाहौर वाल जाना पिया, ते अज वर्गे साधन नहीं सन साडे कोल, डिजिटल ऑनलाइन कोई पेमेंट दे साधन नहीं सन कि जे कितने लोड़ पै गई है तो उस वेले पैसे कितों मंगवा लो। कारण ऐसा बनिया, सैकड़े सिख सन, लंगर पानी चलता सी, लंगर मस्ताना हो गया, किसे कोल पैसे नहीं, बहुत गिणती दे साधु संत हुंदे सन, विरक्त साधु इन्हां जप योगां विच लगे हुए, उन्हां कोल पैसे कितने सन। उस वक्त माता भुपिंदर कौर जी पास जाके बेनती की, माता जी लंगर की दिक्कत है, टोट है, माया है नी। माता भुपिंदर कौर जी ने अपने पेके परिवार चो पेके परिवार विचों जो विआह होया, आनंद होया सी, हालांकि सतगुरां दा हुक्म नहीं, पर फिर भी पेके परिवार ने कुछ ना कुछ एक मुंदरी सोने की दिती सी जिहड़ी उन्हां लुका के रखी हुई सी। वह जाके मुंदरी कढ के लिया के संता मोहन सिंह होना दे हाथ ते रख दिती ते आख्या कि जाके रस्त लैके आओ। चेता रखना गुरबाणी विच पाठ है, रुपै कामण दोस्ती, सोने दे नाल चांदी दे नाल प्यार हुंदा है, औरत औरत कदे नहीं छेती त्यागदी। पर माता भुपिंदर कौर जी का त्याग सी जिहड़ा उन्होंने जिस सोने दे उत्ते सारा संसार लुभाएवान है उसनू एक स्किंट नहीं लाया छड़न वास्ते। दूसरा उन्हां दी जिंदगी दा वड्डा पक्ष 1907 दे जप योग आरंभ होया। 1919 तक केवल भाई लगते सन, माइया नहीं सन जप योग विच शामिल होंदियां। माता भुपिंदर कौर जी ने बेनती की 1919 विच सच्चे पातशाह कृपा करो माइया बीबिया भी जप योग विच लगन, ता ए था जिहड़ी है ओह माइया बीबिया नूं मिली। अज दे दिन जदों उन्होंने अपना शरीर त्यागिया सी, सतगुरु प्रताप सिंह सच्चे पातशाह वचन किया सी कि बेशक मर्यादा रखनी, अमृत छकना, पंज ककार दे धारनी होना सतगुरु राम सिंह सच्चे पातशाह जी दे समें तो माइया बीबिया नूं प्राप्त होया, पर जप प्रयोग विच लगना ये कृपा भुपिंदर कौर ने की है। जे माइया कोई कर सकदियां ने ते साल बाद उन्हूं घट्टो घट याद कर लिया कर, उहदा ये कीता होया उपकार कदे भुलण ना। तो संत सुखदेव सिंह जी होना दे जीवन चिते ये पक्ष वड्डा वेखिया। दूसरी जिहड़ा मैं उन्हां दे नाल विचरदिया बहुत सारे कौतक भी वेखे, एक छोटी जी गल करके मैं समाप्ति करांगा। आम करके 2008 तो लैके मेरा उन्हां दे नाल ज़्यादा नेड़ता बनी। 9 दे विच असीं भैणी साहब पहली वारी गए इकट्ठे, उन्हां दा इस तरह का सुभाव मैं वेख्या भई रात जे 11 बजे तक मैं जागदा वा ते मेरे नाल जगना है, उदों बाद जे मैं सुता वा पता नहीं उह किहड़े वेले सौंदे सन, 1 बजे उन्हां ने फिर इशनान कर लेना है। सारी दिहाड़ी नहीं सन उह मंजे दे उत्ते लम्मे पैंदे, मैं कई वारी आप भी देना संत जी थोड़ा आराम कर लो, आखना तूं लेट लै मैं आउंदा वा दर्शन करके। सारा सारा दिन सतगुरु जगजीत सिंह जी वाली 1 नंबर कोठी के दुआले गेड़े लाते रहते सन सारा सारा दिन, भावें धुप्प होवे मीह जाए तेरी जाए। तुहानू पता है उदों इस तरह का समा सी कि कदी कदी दरवाजा खुलना ते जदों संगत की इकट्ठी होनी ते तां अंदर मत्था टेकना मिलना। जे दिहाड़ी च 10 वारी दरवाजा खुलिया उन्हां 10 वारी जाके मत्था टेकना, सारी दिहाड़ी फिरदे रहना कि किहड़े वेले दुबारा दरवाजा खुले ते मैं जाके दर्शन करा, इन्नी लालसा सी अंदर दर्शना दी। दिलियों असीं चलना ते मैनूं जाण तों पहलां दस देना, रस्ते विच दस देना कि असीं भैणी साहब पहुंचांगे, किहड़ा सेवक होवेगा उहनूं जाके असीं अर्ज़ करांगे, किस तरह असीं जाके मत्था टेकांगे, सारा कुछ दस देना। 2013 विच 12 विच सतगुरु जगजीत सिंह जी ज्योति जोत समाए, 20 दिसंबर नूं असीं इत्थों चले,
मैं संतरी नूं पुछिया, मैं कहा जी अगे ते तुसीं दसदे सो फलाणा सेवक होएगा इस तरह जाके चरणा ते मत्था टेकांगे, हुण असीं किस तरह मत्था टेकांगे, किन्नू अर्ज करांगे, कौन साडी अर्ज जिहड़ी आ सबूरता करेगा। मैनूं आखण लगे गल सुण, अगे ते सतगुरु जी कोल असीं जाके अर्ज करदे सां ते मत्था टेकदे सां चरणा ते, ऐसी असीं अर्ज नहीं करनी। मैं कहा जी फिर किस तरह आखण लगे, ऐसी सतगुरु जी आपे आउणगे। मैं कहा जी ठीक है। असी भैनी साहब गए, मेरे नाल बलकार सी, एक बसंत मुंडा सी, अजकल वो सोनीपत वाले पासे चला गया, बसंत मरिया, बसंत सी नाल, यह भी मैनू आखन लगे ऐतकी वेखदे आ कि सतगुरु चेता हुंदा है। असी गए कोठी दे बाहर खड़े सां, माता जी वाली कोठी दे, सैकड़े शरीर खड़े सन, इंग्लैंड तों, थाईलैंड तों, कैनेडा तों, दिल्ली तो, बहुत सारी सिख संगत उत्थे खलोते सन। सतगुरु जी बाहर गए सन, किते पता सी भी छेती आ जाना। कुछ समय बाद गड्डियां आईयां, आम करके गड्डियां कोठी के अंदर जांदियां ने सिद्धियां, उधर गड्डी बाहर रुक गई, सतगुरां वाली रुकी, बाकी जिप्सी लग गई अंदर। दो चार मिनट सच्चे पातशाह बैठे रहे गड्डी च, बाद विच बाहर निकले, वो जिहड़े जितने भी सैकड़े सिख खलोते सन ਉਹ ਸਾਰੇ ਗਾਹ ਹੋਏ ਮੱਥਾ ਟੇਕਣ ਵਾਸਤੇ। ਮੈਂ ਵੀ ਜਾਣ ਲੱਗਾ, ਮੈਨੂੰ ਬਾਹੋਂ ਫੜ ਲਿਆ, ਆਖਣ ਲੱਗੇ ਨਹੀਂ ਜਾਣਾ। ਮਾਤਾ ਜੀ ਵਾਲੀ ਕੋਠੀ ਦੇ ਬਿਲਕੁਲ ਬਾਹਰ ਅਸੀਂ ਚਾਰੋਂ ਜਾਣੇ ਇੱਕ ਲਾਈਨ ਦੇ ਵਿੱਚ ਖਲੋਤੇ ਆ। ਸਤਿਗੁਰੂ ਜੀ ਆਮ ਕਰਕੇ ਇਸੇ ਤਰ੍ਹਾਂ ਦਾ ਵਿਧਾਨ ਹੁੰਦਾ ਕਿ ਜੇ ਸਿੱਖ ਸੰਗਤਾਂ ਇੱਕਦਮ ਆ ਗਈ ਆਣੇ ਤੇ ਸਤਿਗੁਰੂ ਜੀ ਖਲੋ ਜਾਂਦੇ ਨੇ ਵੀ ਮੱਥਾ ਟੇਕ ਰਹੇ ਸੰਗਤ। ਜੇ ਇਸ ਤਰ੍ਹਾਂ ਨਾ ਹੋਵੇ ਤੇ ਸਤਿਗੁਰੂ ਜੀ ਨਿਕਲ ਜਾਂਦੇ ਨੇ, ਖਲੋਂਦੇ ਨਹੀਂ। ਦੋ ਹੀ ਪੱਕ ਹੁੰਦੇ ਨੇ ਉਸ ਵਕਤ, ਪਰ ਸਤਿਗੁਰੂ ਜੀ ਉਦਨ ਸੰਗਤਾਂ ਅੱਗੇ ਹੋਈਆਂ ਮੱਥਾ ਟੇਕਣ ਵਾਸਤੇ, ਪਰ ਰੁਕੇ ਨਾ, ਇੱਕਦਮ ਸਾਰਿਆਂ ਦੇ ਵਿੱਚੋਂ ਦੀ ਨਿਕਲ ਕੇ ਉਦੋਂ ਹੀ ਪਤਾ ਲੱਗਾ ਜਦੋਂ ਸਾਡੇ ਕੋਲ ਖਲੋ ਗਏ ਆ ਕੇ। ਇਹ ਉਹ ਚੇਤਾ ਰੱਖਿਓ, ਨਾ ਮੈਂ, ਨਾ ਮੇਰੇ ਨਾਲ ਦੇ, ਨਾ ਸੰਤ ਜੀ, ਦੁਨਿਆਵੀ ਤੌਰ 'ਤੇ ਅਸੀਂ ਇਹਦੋਂ ਪਹਿਲਾਂ ਕਦੀ ਮਿਲੇ ਹੀ ਨਹੀਂ ਸਾਂ, ਕੋਈ ਜਾਣਕਾਰੀ ਨਹੀਂ ਸੀ ਨਾ ਸਾਡੀ ਨਾ ਉਹਨਾਂ ਦੀ। ਸਿੱਧਾ ਸਾਡੇ ਕੋਲ ਆ ਕੇ ਖੜੇ ਹੋਏ, ਹਾਲ ਚਾਲ ਸੰਤਾਂ ਨੂੰ ਪੁੱਛਿਆ, ਮੈਨੂੰ ਨਹੀਂ, ਸੰਤਾਂ ਨੂੰ ਪੁੱਛਿਆ ਹਾਲ ਚਾਲ ਪਰਿਵਾਰ ਦਾ। ਅਸੀਂ ਮੱਥਾ ਟੇਕਿਆ, ਬਸ ਇੰਨੀ ਕੁ ਦੇਰ ਹੀ ਖਲੋ ਕੇ ਉਸੇ ਵੇਲੇ ਅੰਦਰ ਚਲੇ ਗਏ। ਬਾਕੀ ਜਿਤਨੇ ਖਲੋਤੇ ਸਨ ਉੱਥੇ, ਇੰਗਲੈਂਡ, ਕੈਨੇਡਾ ਅਤੇ ਥਾਈਲੈਂਡ ਦੀ ਸੰਗਤ ਜਾਂ ਦਿੱਲੀ ਦੀ, ਉਹ ਸਾਰੇ ਵੇਖਦੇ ਰਹਿ ਗਏ। ਇਸ ਤਰ੍ਹਾਂ ਦੇ ਬਹੁਤ ਸਾਰੇ ਸੰਤਾਂ ਦੇ ਨਾਲ ਵਿਚਰਦਿਆਂ ਹੋਇਆ ਮੈਂ ਉਹਨਾਂ ਦੇ ਕਰਾਮਾਤਾਂ ਵੀ ਵੇਖੀਆਂ, ਇਸ ਨੂੰ ਕਰਾਮਾਤ ਆਖਾਂਗੇ। ਪਰ ਉਹਨਾਂ ਦੇ ਜੀਵਨ ਦੀ ਇਹ ਵੱਡੀ ਗੱਲ ਸੀ ਭਈ ਉਹਨਾਂ ਨੇ ਆਪਣਾ ਨਿਤਨੇਮ ਨਹੀਂ ਕਦੇ ਪੁੰਜਾਇਆ। ਅਸੀਂ ਆਖ ਦਿੰਦੇ ਹਾਂ ਮੈਂ ਕਿੱਥੇ ਚੱਲਾਂ ਜੀ, ਨਿਤਨੇਮ ਵਿੱਚ ਚੱਲਾਂ ਵਾ। ਸਾਡਾ ਨਿਤਨੇਮ ਤੋਂ ਭਾਵ ਹੁੰਦਾ ਜੋ ਡੇਲੀ ਦਾ ਨੇਮ ਹੋਵੇ, ਸਾਡਾ ਉਹ ਨਿਤਨੇਮ ਨਹੀਂ ਹੁੰਦਾ। ਉਹਨਾਂ ਦਾ ਇਹ ਨਿਤਨੇਮ ਮੈਂ ਵੇਖਿਆ, ਬਿਮਾਰ ਨੇ, ਕੁਛ ਨੇ, ਪਰ ਉਹਨਾਂ ਨੇ ਆਪਣਾ ਸਵੇਰੇ ਉੱਠ ਕੇ ਭਜਨ ਕਰਨਾ, ਦੁਪਹਿਰ ਨੂੰ ਕਰਨਾ, ਸ਼ਾਮ ਨੂੰ ਕਰਨਾ, ਕੁਛ ਹੋ ਜਾਵੇ, ਉਹਨਾਂ ਇਹ ਨਹੀਂ ਤਿਆਗਿਆ। ਉਹਦਾ ਲਾਭ ਕੀ ਹੋਇਆ, ਜਾਣ ਤੋਂ ਪਹਿਲਾਂ ਪਤਾ ਲੱਗ ਗਿਆ ਵੀ ਜਾਣਾ। ਦੋ ਮਹੀਨੇ ਪਹਿਲਾਂ ਸਾਡੇ ਘਰੇ ਆਏ, ਮੈਨੂੰ ਆਖਣ ਲੱਗੇ ਸਤਿਗੁਰਾਂ ਮੇਰਾ ਵੀਜ਼ਾ ਲਾ ਦਿੱਤਾ, ਪਤਾ ਨਹੀਂ ਟਿਕਟ ਕਿੱਧਰ ਕੱਟਣੀ ਹੈ ਅਤੇ ਚਲੇ ਜਾਣਾ ਹੁਣ। ਮੈਂ ਵੀ ਸੁਭਾਵਕ ਆਖਿਆ, ਮੈਂ ਕਿਹਾ ਠੀਕ ਹੈ ਜੀ, ਕੋਈ ਗੱਲ ਨਹੀਂ। ਉਹਤੋਂ ਬਾਅਦ ਨਹੀਂ ਮਿਲੇ। ਲਗਭਗ ਡੇਢ ਦੋ ਮਹੀਨਿਆਂ ਬਾਅਦ ਸਿੱਧਾ ਮੈਸੇਜ ਹੀ ਮੇਰੇ ਕੋਲ ਮਿਲਿਆ ਵੀ ਸੰਤ ਜੀ ਚੜ੍ਹਾਈ ਕਰ ਗਏ ਨੇ ਅਤੇ ਭੈਣੀ ਸਾਹਿਬ ਉਹਨਾਂ ਦਾ ਸੰਸਕਾਰ ਹੋਣਾ। ਮੈਨੂੰ ਆਖਿਆ ਉਦਨ, ਮੈਨੂੰ ਆਖਣ ਲੱਗੇ ਮੇਰੀ ਇਹ ਦਿਲ ਦੀ ਖੁਆਇਸ਼ ਹੈ, ਮੇਰੇ ਪਿਤਾ ਜੀ ਦਾ, ਮੇਰੀ ਦਾਦੀ ਦਾ, ਮੇਰੀ ਮਾਤਾ ਦਾ ਸੰਸਕਾਰ ਭੈਣੀ ਸਾਹਿਬ ਹੋਇਆ, ਮੇਰਾ ਵੀ ਉੱਥੇ ਹੋਵੇ। ਚੜ੍ਹਾਈ ਇੱਥੇ ਕੀਤੇ ਸਨ ਪਰ ਸੰਸਕਾਰ ਭੈਣੀ ਸਾਹਿਬ ਹੋਇਆ। ਔਰ ਕਮਾਲ ਦੀ ਗੱਲ ਇਹ ਕਿ ਜਦੋਂ ਪਰਿਵਾਰ ਗੱਡੀ ਵਿੱਚ ਲੈ ਕੇ ਕਟਾਣੀ ਪਹੁੰਚਿਆ, ਉਹ ਸਤਿਗੁਰਾਂ ਦੀਆਂ ਗੱਡੀਆਂ ਮਿਲ ਪਈਆਂ, ਸਤਿਗੁਰਾਂ ਦੀਆਂ ਗੱਡੀਆਂ ਅੱਗੇ ਅੱਗੇ ਅਤੇ ਪਿੱਛੇ ਪਿੱਛੇ ਇਹਨਾਂ ਦੀ ਗੱਡੀ। ਅਗਲੇ ਦਿਨ ਫੁੱਲ ਤਾਰਨ ਵਾਸਤੇ ਨੀਲੋ ਨਹਿਰ 'ਤੇ ਪਰਿਵਾਰ ਗਿਆ, ਅਜੇ ਫੁੱਲ ਤਾਰੇ ਨਹੀਂ ਸਨ, ਸਤਿਗੁਰੂ ਜੀ ਆਪ ਉੱਥੇ ਪਹੁੰਚ ਗਏ ਉਸੇ ਸਮੇਂ 'ਤੇ, ਔਰ ਆ ਕੇ ਆਪ ਇਸ਼ਾਰਾ ਕੀਤਾ ਵੀ ਇੱਥੇ ਨਹੀਂ, ਇੱਥੇ ਜੇ ਕਰਕੇ ਫੁੱਲ ਤਾਰ ਦਿਓ। ਚੇਤਾ ਰੱਖਿਓ, ਇੱਕ ਸੰਬੰਧ ਹੁੰਦਾ, ਇਹ ਹੈ ਮਿਲਾਪ। ਮਿਲਿਆ ਹੋਏ ਨਾ ਵਿਛੜਿਆ, ਜੇ ਮੇਲਾ ਹੋਈ, ਜੇ ਕਿਤੇ ਸੱਚਮੁੱਚ ਮਿਲਾਪ ਹੋ ਜਾਵੇ ਫਿਰ ਵਿਛੋੜਾ ਨਹੀਂ ਹੁੰਦਾ। ਉਹਨਾਂ ਦੇ ਜੀਵਨ ਵਿੱਚੋਂ ਇਹ ਪ੍ਰਾਪਤ ਹੋਇਆ ਕਿ ਵਾਕਈ ਜੇ ਕੋਈ ਮਨੁੱਖ ਨਿਤਨੇਮ ਕਰਦਾ ਹੈ, ਬਾਹਰੀ ਤੌਰ ਦੇ ਉੱਤੇ ਸ਼ਾਇਦ ਉਹ ਸੰਸਾਰ ਵੱਲੋਂ ਜਾਂ ਦੁਨੀਆਦਾਰ ਵੱਲੋਂ ਜ਼ਰੂਰ ਦੂਰ ਹੋਵੇਗਾ,
पर गुरु के बहुत नेड़े हो जाता है और एक प्रतक वेखण विच आया है उन्हां नूं भी शीश नवाउणा माता भुपिंदर कौर जी नूं शीश नवाउणा खिमा मंगना धन्नवाद सत श्री अकाल।